ओलंपिक खेडों में भी गोल्ड मैडल जीतांगा अपने देश के लिए। यह विचार प्रभवीर सिंह बंगा मसंदा पट्टी ने प्रगट किए। उसने दसिया कि मैं कराटे और ताइकैडो गेम 34 गोल्ड मैडल जीते हैं, जिस विच वख-वख राज पद्धरी इंटरनेशनल ते नैशनल मुकाबलियां विचों 34 गोल्ड मैडल जीत के एक इतिहास बनाया। हुण आने वाले समय दे विच मैं तैयारी कर रहा हाँ कि अपने देश का ना होर उच्चा करा ते ओलंपिक खेडां दे विचों भी अपनी देश लई, अपने पंजाब लई ते अपने शहर वासियां लई एक नवाणा बन के इस मैडल की प्राप्ति करा। ते इस दी भैण मन कीरत जो इस तो छोटी है वह भी इस दे दर्शाए मार्ग पर चल रही है, तो इस दे नाल रोजाना कोचिंग लेंदी है। तो आने वाले समय दे विच ये बच्ची भी बहुत बड़िया मल्ला मारन दे लई तैयार होवेगी। प्रभवीर का जन्म रजीव सिंह कैंथ ते माता मनप्रीत कौर दे घर 14 जुलाई 2011 नूं मसंदा पट्टी बंगा विखे होया। आने वाले समय दे विच अपने शहर का, पंजाब का, देश का नाम रोशन करेगा यह बच्चा। ਤੈਨੂੰ ਸ਼ੌਂਕ ਕਿੱਦਾਂ ਪੈ ਗਿਆ ਇਹ? ਪਹਿਲੇ ਮੇਰੇ ਪਾਪਾ ਕਰਾਟੇ ਕਰਦੇ ਥੇ, ਉਨਕੋ ਦੇਖ ਕੇ ਮੁਝੇ ਵੀ ਸ਼ੌਕ ਲੱਗ ਗਿਆ ਕਿ ਮੈਂ ਵੀ ਕਰਾਟੇ ਸਿੱਖ ਲਵਾਂ। ਕਿਤਨਾ ਸਮਾਂ ਹੋ ਗਿਆ? ਕਿਆ? ਕਿਤਨਾ ਟਾਈਮ ਹੋ ਗਿਆ? 4 ਸਾਲ। ਕਿੱਥੇ ਕਿੱਥੇ ਕੰਪੀਟੀਸ਼ਨ ਖੇਡੇ ਹੁਣ ਤੱਕ? ਜਲੰਧਰ, ਸ਼ਿਮਲਾ, ਤੇ ਕੰਪੀਟੀਸ਼ਨ ਦੇ ਵਿੱਚ ਪਾਰਟਿਸਿਪੇਟ ਕੀਤਾ ਹੈ? ਮੈਂ ਇੰਡੀਆ ਕੇ ਹਰ ਇੱਕ ਬੜੇ ਸ਼ਹਿਰੋਂ ਮੈਂ ਖੇਡ ਚੁਕਾ ਹੂੰ। ਔਰ ਆਗੇ ਕਹਾਂ ਪੇ ਜਾਣਾ ਹੈ? ਓਲੰਪਿਕ ਵਿੱਚ ਮੈਂ ਤਿਆਰੀ ਕਰ ਰਹਾ ਹੂੰ, ਓਲੰਪਿਕ ਵਿੱਚ ਜਾਊਗਾ। ਖੇਡੇ ਤੋਂ ਬਿਨਾਂ ਬੁੱਕ ਰੀਡਿੰਗ, ਲਿਖਣਾ, ਮਿਊਜ਼ਿਕ, ਸਟੱਡੀ। ਇਹਨੂੰ ਇਹ ਸ਼ੌਂਕ ਕਿੱਦਾਂ ਪੈ ਗਿਆ? ਬਹੁਤ ਪ੍ਰਾਊਡ ਹੁੰਦਾ ਜੀ, ਬਹੁਤ ਮਾਣ ਦੀ ਗੱਲ ਆ, ਬੱਚਾ ਮੇਰੇ ਤੋਂ ਵੀ ਅੱਗੇ ਜਾ ਰਿਹਾ ਆ। ਇਹ ਸ਼ੁਰੂ ਤੋਂ ਬਚਪਨ ਵਿੱਚ ਹੀ ਮੇਰੇ ਵੱਲ ਦੇਖ ਕੇ ਪ੍ਰੈਕਟਿਸ ਮੈਂ ਕਰਦਾ ਹੁੰਦਾ ਸੀ, ਛੋਟਾ ਹੁੰਦਾ ਦੇਖ ਕੇ ਹੈ ਨਾ, ਨਾਲ ਪ੍ਰੈਕਟਿਸ ਕਰਦਾ ਸੀ, ਫਿਰ ਅਕੈਡਮੀ ਵਿੱਚ ਜਾਣਾ ਸ਼ੁਰੂ ਕਰਤਾ ਇਹਨੇ, ਅਤੇ ਇੱਦਾਂ ਹੀ ਇਹਦਾ ਇੰਟਰਸਟ ਹੌਲੀ ਹੌਲੀ ਵੱਧ ਗਿਆ ਜੀ। ਹੁਣ ਅੱਗੇ ਕਿਹੜੇ ਮੁਕਾਮ ਦੇ ਲਈ ਜਿਹੜਾ ਟਰਾਈ ਕਰ ਰਿਹਾ ਹੈ, ਅਤੇ ਕਿੱਥੇ ਕਿੱਥੇ ਜਿਹੜਾ ਹੁਣ ਤੱਕ ਖੇਡ ਚੁੱਕਾ? ਇਹ ਡਿਸਟ੍ਰਿਕਟ, ਨੈਸ਼ਨਲ ਅਤੇ ਇੰਟਰਨੈਸ਼ਨਲ ਦਾ ਖੇਡ ਚੁੱਕਾ ਹੈ, ਅਤੇ ਹੁਣ ਇਹਦਾ ਤਿਆਰੀ ਪੂਰੀ ਚੱਲਦੀ ਪਈ ਹੈ। ਓਲੰਪਿਕ ਵਿੱਚ ਵੀ ਇਸਦਾ ਪਾਰਟੀਸਪੇਟ ਕਰਾਈਏ ਅਸੀਂ, ਅਤੇ ਕੁਛ ਇੱਕ ਵਰਲਡ ਰਿਕਾਰਡ ਆ ਬ੍ਰੇਕ ਕਰਨ ਦੀ, ਉਹਦੀ ਇਹਦੀ ਚੱਲਦੀ ਪਈ ਹੈ, ਪ੍ਰੋਫੈਸ਼ਨਲ ਟ੍ਰੇਨਿੰਗ ਚੱਲਦੀ ਹੈ ਇਸ ਦੀ। ਹੋਰ ਕੀ ਨੌਜਵਾਨਾਂ ਨੂੰ ਤੁਸੀਂ ਸੰਦੇਸ਼ ਦੇਣਾ ਚਾਹੁੰਦੇ ਹੋ? ਇਹੀ ਮੈਸੇਜ ਆ ਵੀ ਛੋਟਾ ਜਿਹਾ ਬੱਚਾ ਇੰਨੀ ਬੜੀ ਅਚੀਵਮੈਂਟ ਕਰ ਸਕਦਾ, ਅਤੇ ਬਾਕੀ ਬੱਚਿਆਂ ਨੂੰ ਵੀ ਚਾਹੀਦਾ ਕੋਈ ਵੀ ਗੇਮ, ਜ਼ਰੂਰੀ ਨਹੀਂ ਮਾਰਸ਼ਲ ਆਰਟ ਦੇ ਵਿੱਚ, ਕੋਈ ਵੀ ਸਪੋਰਟਸ ਵਿੱਚ ਜ਼ਰੂਰ ਕਰਨ, ਪਾਰਟੀਸਪੇਟ ਜ਼ਰੂਰ ਕਰਨ। ਛੋਟੀ ਸਿਸਟਰ ਆ, 4 ਸਾਲ ਦੀ ਆ, ਮਨਕੀਰਤ ਕੌਰ ਕੈਂਟ ਆ ਉਹਦਾ ਨਾਮ, ਤੇ ਉਹ ਵੀ ਜਿਸ ਤਰ੍ਹਾਂ ਇਹਦੇ ਵੱਲ, ਇਹ ਮੇਰੇ ਵੱਲ ਦੇਖ ਕੇ ਤੇ ਇਹਦੀ ਸਿਸਟਰ ਇਹਦੇ ਵੱਲ ਦੇਖ ਕੇ ਅਤੇ ਪ੍ਰੈਕਟਿਸ ਦੋਨੋਂ ਕਰਦੇ ਆ ਦੋਵੇਂ ਸਿਸਟਰ, ਅਤੇ ਇਹ ਵੀ ਨੈਸ਼ਨਲ ਤੱਕ ਇੰਟਰਨੈਸ਼ਨਲ ਖੇਡੀ ਹੈ ਜੀ, ਇਹ ਵੀ 7 ਮੈਡਲ ਜਿੱਤ ਚੁੱਕੀ ਹੈ।
ਕਿੰਨਾ ਸਮਾਂ ਹੋ ਗਿਆ ਇਹਨਾਂ ਨੂੰ ਖੇਡਦਿਆਂ? ਇਹਨੂੰ ਡੇਢ ਕੁ ਸਾਲ ਹੋ ਗਏ, ਡੇਢ ਯਾਨੀ ਕਿ 2.5 ਸਾਲ ਤੋਂ ਇਹ ਸ਼ੁਰੂ ਹੋਈ ਸੀ। ਅੱਛਾ, ਹਾਂਜੀ। ਅਤੇ ਲੜਕੇ ਨੂੰ? ਲੜਕੇ ਨੂੰ ਹੋ ਗਏ 5 ਸਾਲ ਹੋ ਗਏ ਜੀ।